ਜੋ ਇਸ ਵੇਲੇ ਪੰਜਾਬ ਚ ਹੋ ਰਿਹਾ ਹੈ ਉਹ ਕਈ ਮਸਲਿਆਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਦੇ ਗੁੱਸੇ ਦਾ ਇਕੱਠਾ ਰੋਸ ਹੈ ਹਾਂ ਠੀਕ ਹੈ ਕਿ ਇਹ ਸਾਰਾ ਗੁੱਸਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਡੇਰਾ ਮੁਖੀ ਉੱਪਰ ਕੀਤੀ ਗਈ ਸਿਆਸਤ ਅਤੇ ਕਿਸਾਨੀ ਮਸਲਿਆਂ ਨੂੰ ਨਜ਼ਰਅੰਦਾਜ਼ ਕਰਨ ਕਰਕੇ ਬਾਹਰ ਆਇਆ ਹੈ ਜਿਨੇ ਵੀ ਮਸਲੇ ਪਹਿਲਾਂ ਉੱਠੇ ਸਨ ਜੇ ਉਹਨਾਂ ਉੱਪਰ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਤਾਂ ਹੁਣ ਵਾਲੀ ਵਿਸਫੋਟਕ ਹਾਲਤ ਸ਼ਾਇਦ ਨਾ ਬਣਦੀ ਸੁਖਵੀਰ ਬਾਦਲ ਵੱਲੋਂ ਚਲਾਏ ਜਾ ਰਹੇ ਟਰਾਂਸਪੋਰਟ ਬਿਜ਼ਨਸ ਉੱਪਰ ਖੁਲਾਸੇ ਹੋਏ ਪਰ ਸਰਕਾਰ ਨੇ ਪ੍ਰਵਾਹ ਨਾ ਕੀਤੀ ਸੁਖਵੀਰ ਬਾਦਲ ਦੇ ਪੀਟੀਸੀ ਚੈਨਲ ਨੂੰ ਬढ़ावा ਦੇਣ ਲਈ ਬਾਕੀ ਖੇਤਰੀ ਚੈਨਲਾਂ ਦਾ ਗळा ਕੁੱਟਿਆ ਗਿਆ ਮੇਰੇ ਵਰਗਿਆਂ ਨੇ ਰੌਲਾ ਪਾਇਆ ਪਰ ਕਿਸੇ ਨੇ ਨਹੀਂ ਸੁਣੀ ਰੇਤ ਬਜਰੀ ਮਾਫੀਆ ਉੱਪਰ ਮੁਜ਼ਾਰੇ ਹੋਏ ਕਈ ਖੁਲਾਸੇ ਹੋਏ ਪਰ ਕਿਸੇ ਨੇ ਨਹੀਂ ਸੁਣੀ ਡਰੱਗਸ ਦੇ ਮਸਲੇ ਤੇ ਕੇਂਤ ਆਪਣੇ ਮੰਤਰੀ ਵਿਕਰਮ ਸਿੰਘ ਮਜੀਠੀਆ ਦਾ ਨਾਮ ਵਜਿਆ ਪਰ ਉਸ ਨੂੰ ਬਾਦਲ ਸਾਹਿਬ ਨੇ ਕਲੀਨ ਚਿੱਟ ਦਿੱਤੀ ਚਿੱਟੇ ਮੱਛਰ ਵਾਸਤੇ ਕੀਟਨਾਸ਼ਕ ਦਵਾਈਆਂ ਦੀ ਖਰੀਦ ਚ ਘੁਟਾਲਾ ਹੋਇਆ ਕਿਸਾਨਾਂ ਨੇ ਤੋਤਾ ਸਿੰਘ ਦੇਸ ਦੀ ਫੀਦੀ ਮੰਨ ਕੀਤੀ ਪਰ ਬਾਦਲ ਨੇ ਬਾਦਲ ਸਾਹਿਬ ਨੇ ਉਸ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਕੋਰਕ ਪੂਰਾ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਪਰ ਲੋਕਾਂ ਦੇ ਰੋਸ ਨੂੰ ਠੰਡਾ ਕਰਨ ਦੀ ਬਜਾਏ ਉਹਨਾਂ ਤੇ ਗੋਲੀ ਚਲਾਈ ਗਈ ਦੋ ਲੋਕ ਮਾਰੇ ਵੀ ਗਏ ਅਤੇ ਬਿਨਾ ਪੁਖਤਾ ਸਬੂਤ ਦੇ ਦੋਪਰਾ ਫੜ ਲਏ ਅਤੇ ਵਿਦੇਸ਼ੀ ਹੱਥ ਦੀਆਂ ਖਬਰਾਂ ਮੀਡੀਆ ਵਿੱਚ ਫੈਲਾ ਦਿੱਤੀਆਂ ਔਰ ਹੁਣ ਵੀ ਫਲਾਈਆਂ ਜਾ ਰਹੀਆਂ ਵਾਂ ਡੇਰਾ ਮੁਖੀ ਉੱਪਰ ਲੋਕਾਂ ਦਾ ਜਥੇਦਾਰਾਂ ਖਿਲਾਫ ਰੋਸ ਜ਼ਾਹਿਰ ਸੀ ਇਸ ਮਸਲੇ ਤੇ ਸਰਕਾਰ ਕੋਲ ਇੱਕ ਮੌਕਾ ਆਇਆ ਜਿਸ ਤਹਿਤ ਸਥਿਤੀ ਕਾਬੂ ਚ ਆ ਸਕਦੀ ਸੀ ਅਕਾਲ ਤਖਤ ਦੇ ਪੰਜ ਪਿਆਰਿਆਂ ਨੇ ਲੋਕਾਂ ਦੇ ਰੋਸ ਨੂੰ ਸਮਝਦੇ ਹੋਏ ਅਕਾਲ ਤਖਤ ਤੇ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਪਰ ਉਹ ਨਹੀਂ ਪਹੁੰਚੇ ਉਲਟਾ ਪੰਜ ਪਿਆਰਿਆਂ ਨੂੰ ਹੀ ਬਰਖਾਸ ਕਰ ਦਿੱਤਾ ਜੇ ਜਥੇਦਾਰ ਪੇਸ਼ ਹੋ ਜਾਂਦੇ ਤਾਂ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਸੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਉੱਪਰ ਸਿੱਖ ਜਥੇਬੰਦੀਆਂ ਨੇ ਲੋਕ ਕਮਿਸ਼ਨ ਜੇ ਦੀ ਪੀਪਲਸ ਕਮਿਸ਼ਨ ਦੀ ਗੱਲ ਕਹੀ ਹੈ ਇਸ ਨੂੰ ਨਕਾਰਨ ਦੀ ਬਜਾਏ ਜੇ ਸਰਕਾਰ ਇਸ ਨੂੰ ਆਪਣੀ ਸਹਿਮਤੀ ਦੇਵੇ ਤਾਂ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਹੈ ਪਰ ਕੀ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਇੱਕ ਨਵੀਂ ਸ਼ੁਰੂਆਤ ਕਰਨਾ ਵੀ ਚਾਹੁੰਦਾ ਹੈ